ਕਰਨਲ ਵਿਜੇਂਦਰ ਸਿੰਘ ਵੱਖ ਵੱਖ ਜਥੇਬੰਦੀਆਂ ਦੇ ਜੋ ਮਸਲੇ ਸੀ ਉਹਨਾਂ ਦੇ ਉੱਪਰ ਉਹਨਾਂ ਨੇ ਆਪਣੇ ਮੁੱਦਿਆਂ ਨੂੰ ਰੇਜ਼ ਕੀਤਾ। ਲਾਰਜਰ ਲੈਵਲ ਦੇ ਉੱਪਰ ਜਿਹੜੇ ਮੁੱਦੇ ਹੈਗੇ ਸੀ ਬੇਸਿਕਲੀ ਦੋਜ਼ ਵਰ ਔਨ ਨਿਊ ਰਿਕਰੂਟਮੈਂਟ ਐਂਡ ਜਿਹੜੇ ਰੂਲਸ ਅਮੈਂਡ ਕਰ ਰਹੀ ਸੀ ਉਹਨਾਂ ਦੇ ਬਾਰੇ। ਦੈਟ ਇਜ਼ ਆਲਰੇਡੀ ਇਨ ਦਾ ਪ੍ਰੋਸੈਸ। ਕੈਬਨਿਟ ਨੇ ਆਲਰੇਡੀ ਨਵੀਆਂ ਪੋਸਟਾਂ ਮਨਜ਼ੂਰ ਕਰਤੀਆਂ ਔਰ ਸਿਰਫ ਉਹਦੇ 'ਚ ਜਿਹੜਾ ਕ੍ਰਾਈਟੀਰੀਆ ਇਹਨਾਂ ਨੇ ਡਾਇਲੂਟ ਕਰਨ ਵਾਸਤੇ ਕਿਹਾ ਸੀਗਾ, ਬੇਸਿਕਲੀ ਰਿਲੈਕਸੇਸ਼ਨ ਕਰਨ ਵਾਸਤੇ ਕਿਹਾ ਸੀ, ਉਹਦੇ ਲਈ ਫਾਈਲ ਹੈਜ਼ ਗੋਨ ਟੂ LR। ਜਿੱਦਾਂ ਵੀ LR ਤੋਂ ਫਾਈਲ ਆ ਜਾਂਦੀ ਹੈ ਅੱਜ ਜਾਂ ਕੱਲ੍ਹ ਦੇ ਵਿੱਚ ਅਤੇ ਇਮੀਡੀਏਟਲੀ ਪੋਸਟਾਂ ਐਡਵਰਟਾਈਜ਼ ਹੋ ਜਾਣਗੀਆਂ। ਸੋ ਲਾਰਜਰ ਇਸ਼ੂ ਜਿਹੜੀਆਂ ਵੱਖ ਵੱਖ ਜਥੇਬੰਦੀਆਂ ਸੀਗੀਆਂ ਉਹਨਾਂ ਦਾ ਇਸ ਨੂੰ ਲੈ ਕੇ ਸੀ, ਵੈਦਰ ਦੇਵਰ BEd ਟੈਟ ਪਾਸ ਔਰ ਟੈਟ ਪਾਸ ਔਰ 10+2 ਜੋ ਵੀ ਸੀਗੀਆਂ। ਸੋ ਦੀਜ਼ ਵਰ ਦਾ ਲਾਰਜਰ ਇਸ਼ੂਜ਼ ਵਿਚ ਹੈਵ ਬੀਨ ਡਿਸਕਸ ਔਰ ਜਿਹੜੇ ਬਾਕੀ ਛੋਟੇ ਮਾਈਨਰ ਇਸ਼ੂਜ਼ ਹਰ ਜਥੇਬੰਦੀ ਦੇ ਨਾਲ ਸੰਬੰਧਿਤ, ਚਾਹੇ ਉਹ ਪੈਨਸ਼ਨ ਨੂੰ ਲੈ ਕੇ ਹੈ ਜਾਂ ਕਈ ਚੀਜ਼ਾਂ ਇੰਪਲੋਈਜ਼ ਦੀਆਂ ਸਾਂਝੇ ਤੌਰ ਦੇ ਉੱਪਰ ਸਮੁੱਚੇ ਪੰਜਾਬ ਦੇ ਵੱਖ ਵੱਖ ਇੰਪਲੋਈਜ਼ ਨਾਲ ਜੁੜੀਆਂ ਹੋਈਆਂ। ਸੋ ਦੈਟ ਇਜ਼ ਨੋਟ ਓਨਲੀ ਕਨੈਕਟਡ ਵਿਦ ਦੀ ਐਜੂਕੇਸ਼ਨ ਡਿਪਾਰਟਮੈਂਟ ਐਜ਼ ਇਟ ਇਜ਼, ਬਟ ਇਟ ਇਜ਼ ਕਨੈਕਟਡ ਵਿਦ ਦੀ ਇੰਟਾਇਰ ਇੰਪਲੋਈਜ਼ ਯੂਨੀਅਨ ਦੀਆਂ ਜਿਹੜੀਆਂ ਜਥੇਬੰਦੀਆਂ ਦੀਆਂ ਪ੍ਰੋਬਲਮਸ ਹੈ ਵਿਦ ਦੀ ਸਟੇਟ ਗਵਰਨਮੈਂਟ। ਸੋ ਉਹ ਵਾਲੇ ਇਸ਼ੂ ਸੀ ਵਿਚ ਆਰ ਬੀਂਗ ਟੇਕਨ ਅਪ ਸੈਪਰੇਟਲੀ ਵਿਦ ਬਾਈ ਡਿਫਰੈਂਟ ਡਿਪਾਰਟਮੈਂਟਸ ਵਿਦ ਦੀ ਗਵਰਨਮੈਂਟ। ਸੋ ਆਈ ਥਿੰਕ ਆਲ ਦਾ ਮੀਟਿੰਗ ਕਰ ਹਾਂ ਬਿਲਕੁਲ, ਜਿੰਨੀਆਂ ਪੋਸਟਾਂ ਅਸੀਂ, ਦੇਖੋ ਗੱਲ ਇਹ ਹੈ ਕਿ ਐਜੂਕੇਸ਼ਨ ਡਿਪਾਰਟਮੈਂਟ ਨੇ ਪਹਿਲਾਂ ਰੈਸ਼ਨਲਾਈਜੇਸ਼ਨ ਕੀਤੀ ਹੈ, ਟੀਚਰ ਟ੍ਰਾਂਸਫਰ ਪਾਲਿਸੀ ਨੂੰ ਔਨਲਾਈਨ ਕੀਤਾ, ਰੈਸ਼ਨਲਾਈਜੇਸ਼ਨ ਕੀਤੀ, ਅਤੇ ਉਸ ਤੋਂ ਬਾਅਦ ਜਿੰਨੇ ਸਾਡੇ ਕੋਲ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚੇ ਪੜ੍ਹਦੇ ਹੈ, ਬੱਚਿਆਂ ਦੇ ਆਧਾਰ 'ਤੇ ਕਿੰਨੇ ਟੀਚਰ ਸਾਹਿਬਾਨਾਂ ਦੀ ਜ਼ਰੂਰਤ ਹੈ, ਉਹਨੇ ਟੀਚਰਾਂ ਦੀ ਰੈਸ਼ਨਲਾਈਜੇਸ਼ਨ ਤੋਂ ਬਾਅਦ ਭਰਤੀ ਹੋਣ ਵਾਸਤੇ ਹੀ ਅਸੀਂ ਅੰਕੜਾ ਕੱਢਿਆ। ਮੈਂ ਉਹੀ ਕਹਿ ਰਿਹਾ ਨਾ ਕਿ ਜਿਹੜਾ ਕੈਬਨਿਟ ਕੋਲ ਏਜੰਡਾ ਅਸੀਂ ਮਨਜ਼ੂਰ ਕਰਾਇਆ ਉਹਦਾ ਅੰਦਾਜ਼ਨ 6,000 ਟੀਚਰਸ ਦਾ ਅਸੀਂ ਏਜੰਡਾ ਮਨਜ਼ੂਰ ਕਰਵਾਇਆ, ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਦੇ ਟੀਚਰਸ ਹੈ, ਔਰ ਜਿੱਦਣ ਉਹ LR ਤੋਂ ਵੈਟ ਹੋ ਜਾਣਗੇ ਤਾਂ ਵੀ ਵਿਲ ਬੀ ਇਸ਼ੂਇੰਗ ਦੀ ਐਡਵਰਟਾਈਜ਼ਮੈਂਟ ਇਨ 1 ਡੇਜ਼ ਟਾਈਮ, ਬਿਕੋਜ਼ ਵੀ ਆਰ ਆਲਰੇਡੀ ਰੈਡੀ ਵਿਦ ਦੀ ਐਡਵਰਟਾਈਜ਼ਮੈਂਟ। ਦੀ ਓਨਲੀ ਥਿੰਗ, ਉਹਦੀ ਮੇਰਾ ਟਾਰਗੇਟ ਇੱਕੋ ਹੀ ਹੈ, ਮੈਂ ਪਹਿਲਾਂ ਵੀ ਕਿਹਾ, ਅੱਜ ਵੀ ਕਹਿ ਰਹੇ ਹਾਂ ਕਿ ਅਸੀਂ ਅਗਲੇ ਸੈਸ਼ਨ ਤੋਂ ਜਿਹੜੀ ਸਾਡੇ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਜਾਂ ਸ਼ਹਿਰ ਦੇ ਸਰਕਾਰੀ ਸਕੂਲਾਂ 'ਚ ਟੀਚਰਸ ਦੀ ਘਾਟ ਹੈ, ਅਸੀਂ ਉਹਨੂੰ ਆਉਣ ਵਾਲੇ ਸੈਸ਼ਨ 'ਚ ਪੂਰਾ ਕਰ ਦਈਏ। ਇਹ ਮੇਰੇ Day 1 ਤੋਂ ਮੇਰਾ ਇਹ ਟੀਚਾ ਵੀ ਹੈ ਔਰ ਮੇਰੀ ਪੂਰੀ ਕੋਸ਼ਿਸ਼ ਵੀ ਹੈ ਔਰ ਮੇਰੀ ਉਮੀਦ ਵੀ ਹੈ ਕਿ ਜੇ ਸਾਰਾ ਕੁਝ ਚੱਲਦਾ ਰਿਹਾ ਅਸੀਂ ਉਹਨੂੰ ਪੂਰਾ ਕਰ ਸਕਦੇ। ਨਹੀਂ, ਉਹਨਾਂ ਦਾ ਮੁੱਦਾ ਇਹ ਹੈ ਕਿ ਉਹ ਟ੍ਰੇਨਿੰਗ 'ਤੇ ਗਏ ਸੀ ਅਤੇ ਬਾਕੀ ਇਹ ਲੋਕ ਜਦੋਂ ਟ੍ਰੇਨਿੰਗ ਤੋਂ ਵਾਪਸ ਆਏ ਉਦੋਂ ਤੱਕ ਉਹ ਸਕੀਮ ਬੰਦ ਹੋ ਗਈ ਸੀ, ਐਂਡ ਦੇ ਸੇ ਕਿ ਸਾਡੇ ਜਿਹੜੇ ਬਿਕੋਜ਼ ਅਸੀਂ ਤਾਂ ਉਹ ਸਕੀਮ ਦਾ ਪਾਰਟ ਸੀਗੇ ਅਤੇ ਅਸੀਂ ਗਏ ਤਾਂ ਸਕੀਮ ਬੰਦ ਹੋ ਗਈ ਅਤੇ ਸਾਨੂੰ ਦੁਬਾਰਾ ਜੁਆਇਨ ਕਰਾ ਲਓ। ਉਹ ਮੁੱਦਾ ਫਾਈਨੈਂਸ ਕੋਲੇ ਪੈਂਡਿੰਗ